और घर के चिराग को बुझा दिया है। अमृतसर की तहसील अजनाला के गांव चुगावा के रहने वाले दिलबाग सिंह फोटोग्राफी कर अपने परिवार का पालन पोषण करता। पिछले कई दिनों से वह स्वाइन फ्लू से जूझ रहा था, जिसके चलते पहले उसे अमृतसर के निजी हॉस्पिटल में दाखिल करवाया गया और वहां से जवाब मिलने के बाद उसे गुरु नानक देव हॉस्पिटल में दाखिल करवाया गया। आज सुबह उसकी मौत हो गई। परिजनों का कहना है गरीब परिवार है, स्वाइन फ्लू की बीमारी पर सरकार जल्द से जल्द काबू पाए, नहीं तो कई घरों के चिराग बुझ जाएंगे। स्वाइन फ्लू हो गया वो। कौन सी है? मेरे चाचा जी का बेटा है। की नाम था? काम दे जरा देरी दे प्याले गल कर रही हूं। फोटोग्राफी का काम करता है कि नहीं जाता है? नहीं जाता। गरीब परिवार है बहुत। इधर लाइव लूज करवाया कितनों के? एक लाइली पहले रोड़ा हॉस्पिटल खड़ा। हां जी। उन्होंने भी ना करती बुलाना खड़ा ना ना करती। हां जी। ਜਵਾਬ ਹੀ ਮਿਲ ਗਿਆ ਤਕਰੀਬਨ ਮੁੜ ਕੇ ਸ਼ਾਮੀ ਨਹੀਂ ਦੇਖੋਗੇ ਸਵੇਰੇ ਖੜਾ ਸ਼ਾਮੀ ਦੇਖੋਗੇ ਇਹ ਸਾਰਾ ਕੋਈ ਘੰਟੇ ਮਿੰਟਾਂ ਦੇ ਵਿੱਚ ਹੀ ਹੋ ਗਿਆ ਕਈ ਟਾਈਮ ਚੰਦ ਮਿੰਟਾਂ 'ਚ ਹੀ ਹੋ ਗਿਆ ਜੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਹੈਗੀ ਨਾ ਇਹ ਯਕੀਨ ਕਰਨ ਵਾਲੀ ਗੱਲ ਹੈ ਕਿ ਯਕੀਨ ਕਰਨਾ ਪਿਆ ਵਾ ਨਾ ਹੋਣ ਵਾਲੀ ਗੱਲ ਹੋ ਗਈ ਇਹ ਵਿਆਹ ਕਿ ਹਾਂਜੀ ਵਿਆਹ ਛੋਟੇ ਜਿਹੇ ਬੇਟਾ ਦਾ 4 ਸਾਲ ਦਾ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਕਿਸ ਤਰ੍ਹਾਂ ਦਾ ਲਾਭ ਨਹੀਂ ਤੇ ਪ੍ਰਸ਼ਾਸਨ ਕੋਲ ਮੰਗ ਕਰਦੇ ਕਿ ਬੜਾ ਗਰੀਬ ਪਰਿਵਾਰ ਹੈ ਜੋ ਵੀ ਇਹਦੀ ਸਹਾਇਤਾ ਕੀਤੀ ਜਾਂਦੀ ਪ੍ਰਸ਼ਾਸਨ ਕਿਰਪਾ ਕਰੇ ਬੜੀ ਵੱਡੀ ਬੇਟੇ ਨੂੰ ਦੇਣ ਜੇ ਪ੍ਰਸ਼ਾਸਨ ਕੋਈ ਵੀ ਕਿਸੇ ਕਿਸਮ ਦੀ ਮਦਦ ਕਰਦਾ ਵਾ ਜੋ ਬੇਟੇ ਵਾਸਤੇ ਬਹੁਤ ਵੱਡੀ ਗੱਲ ਹੈ ਕੀ ਮੰਗ ਕਰਦੇ ਡੀਸੀ ਸਾਹਿਬ ਕੋਲ ਵੀ ਇੱਥੇ ਕੋਈ ਇਲਾਜ ਹੈਗਾ ਕਿ ਨਹੀਂ ਇੱਥੇ ਇਹੋ ਜਿਹੀ ਜਗ੍ਹਾ ਦੀ ਗੁਰਦਾਨ ਹਾਂ ਕੋਈ ਇਹੋ ਜਿਹਾ ਇਲਾਜ ਹੋਣਾ ਚਾਹੀਦਾ ਵਾ ਇਹਦੇ ਬਾਰੇ ਕੋਈ ਮਾਂ ਕਿਰਪਾ ਕਰ ਡੀਸੀ ਸਾਹਿਬ ਜੋ ਵੀ ਕਿਸੇ ਪਰ ਮਰਦੀ ਗੱਲ ਉਹਦੇ ਬਣਾ ਕੇ ਤਾਂ ਇਲਾਜ ਜ਼ਰੂਰ ਕਰਾਉਣ ਕਿਉਂਕਿ ਕਿਸ ਤਰ੍ਹਾਂ ਕਿਸੇ ਦੀ ਹੋਰ ਨਾ ਗਾਹ ਨਾ ਕਿਸੇ ਦੀ ਕੋਸ਼ਿਸ਼ ਕਰੋ। ਹਾਂ ਮੈਨੂੰ ਉਹਨੇ ਇਨਫੋਰਮੇਸ਼ਨ ਮਿਲੀ ਐਕਚੁਅਲੀ ਥੋੜੀ ਦੇਰ ਪਹਿਲੇ 10-15 ਮਿੰਟ ਪਹਿਲੇ ਤੇ ਮੈਂ ਆਪਣੀ ਟੀਮ ਬੁਲਾ ਕੇ ਤੇ ਭੇਜ ਚੁੱਕੀ ਹਾਂ ਸੋ ਦੈਟ ਜਿਹੜੇ ਉਹਨਾਂ ਦੇ ਲੋਕੇਸ਼ਨ ਪਤਾ ਲਾ ਲਓ ਇੱਕ ਤਾਂ ਤੇ ਦੂਸਰਾ ਉਹਨਾਂ ਦੇ ਜਿਹੜੇ ਕੰਟੈਕਟ ਫੈਮਿਲੀ ਮੈਂਬਰਸ ਹੈਗੇ ਨੇ ਉਹਨਾਂ ਦਾ ਵੀ ਮੈਂ ਸਮਝਦੀ ਟੈਸਟ ਹੋਣਾ ਚਾਹੀਦਾ ਆ ਤੇ ਅਕੋਰਡਿੰਗਲੀ ਉਹਨਾਂ ਨੂੰ ਦਵਾਈ ਵੀ ਦਿੱਤੀ ਜਾਏਗੀ ਨਾਲ ਹੀ ਅਸੀਂ ਇਹ ਸੋਚਿਆ ਕਿ ਜਿਹੜਾ ਉੱਥੇ ਏਰੀਏ ਵਿੱਚ ਇੱਕ ਅਵੇਅਰਨੈਸ ਕੈਂਪ ਵੀ ਅਸੀਂ ਲਾਈ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈਗੀ ਆ ਇਹ ਸੇਫਟੀ ਜਾਗਰੂਕਤਾ ਵਿੱਚ ਹੀ ਹੈਗੀ ਆ ਕਿਉਂਕਿ ਕੰਟੈਕਟਸ ਦੇ ਨਾਲ ਹੀ ਜਿਹੜਾ ਕੰਟੇਜੀਅਸ ਹੈਗੀ ਪ੍ਰੋਬਲਮ ਵਾਇਰਲ ਹੈਗੀ ਆ ਪਰ ਜਦੋਂ ਫੈਲ ਜਾਂਦੀ ਆ ਤਾਂ ਫਿਰ ਉਸ ਤੋਂ ਬਾਅਦ ਇਹ ਥੋੜ੍ਹਾ ਡਰੋਪਲੈਟ ਇਨਫੈਕਸ਼ਨ ਹੈਗਾ ਆ ਛਿੱਕ ਵੀ ਕਿਸੇ ਨੇ ਕੋਲ ਮਾਰ ਦਿੱਤੀ ਇਨਫੈਕਟਡ ਪਰਸਨ ਨੇ ਅਤੇ ਉਹਦੇ ਨਾਲ ਵੀ ਇਹ ਥੋੜ੍ਹਾ ਜਿਹਾ ਪ੍ਰੋਬਲਮ ਹੋ ਸਕਦੀ ਆ। ਬੁਲੰਦ ਟੀਵੀ ਕੇ ਲਈ ਅੰਮ੍ਰਿਤਸਰ ਸੇ ਹਰਜੀਤ ਗਰੇਵਾਲ ਕੀ ਰਿਪੋਰਟ।